ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਚਲ ਹੈਗਾ ਅਤੇ ਮੈਂ ਪੰਡੋਰੀ ਨਿਜਰਾਂ ਦਾ ਜੱਟ ਹੈਗਾ। ਇੱਥੇ ਮੈਂ ਸਤਿਗੁਰੂ ਅਮਰਦੇਵ ਜੀ ਦੇ ਸਲੋਕ ਕਰ ਰਿਹਾ ਹੈਗਾ ਅਤੇ ਵੀਡੀਓ 3 ਨੰਬਰ ਹੈਗਾ ਅਤੇ ਸਫ਼ਾ ਹੈਗਾ 583। ਸਤਿਗੁਰੂ ਅਮਰਦੇਵ ਜੀ ਕਹਿੰਦੇ ਨੇ, ਸੋ ਫਿਰ ਸੱਚਾ ਸਾਦੀ ਸੱਚਾ ਹੈ ਨਾ ਉਹ ਮਰੇ ਨਾ ਜਾਏ। ਉਹ ਫਿਰ ਉਹ ਜਿਹੜਾ ਹੈਗਾ ਅਕਾਲ ਪੁਰਖ ਹੈਗਾ ਉਹ ਸੱਚਾ ਹੈਗਾ ਪਿਓ ਆਪਣਾ ਫਿਰ ਖਸਮ ਅਤੇ ਸਾਦੀ ਸੱਚਾ ਉਹ ਹਮੇਸ਼ਾ ਹੀ ਸੱਚਾ ਰਹਿੰਦਾ। ਅਟਰਨਲ ਟਰੁੱਥ ਹੈ ਨਾ, ਸੱਤ ਹੈਗਾ ਉਹ, ਨਾ ਉਹ ਮਰੇ ਨਾ ਜਾਏ। ਉਹ ਉਹ ਅਕਾਲ ਤੋਂ ਰਹਿਤ ਹੈਗਾ ਅਕਾਲ ਪੁਰਖ। ਬੂਲੀ ਫਿਰੇ ਧਨ ਅਨਿਆਣੀ ਅਨਿਆਣਿਆ, ਜਿਹੜੇ ਨਾ ਆਪਣੇ ਸਤਿਗੁਰੂ ਅਮਰਦੇਵ ਜੀ ਨੇ ਹੱਥ ਬਣਾਏ ਸੀ ਨਾ, ਜਿਹੜੇ ਸਿੱਖ ਸਤਿਗੁਰੂ ਅੰਗਦ ਦੇਵ ਜੀ ਨੇ, ਉਹ ਨਵੇਂ ਨਵੇਂ ਸਿੱਖ ਸਨ, ਉਹ ਨਿਆਣੇ ਸਨ, ਯਾਨੀ ਕਿ ਬਾਲੜੀਆਂ। ਉਹਨਾਂ ਨੂੰ ਇਹਦੀ ਭਗਤੀ ਉਹ ਇਹਦੀ ਸੀਡ ਟੂ ਸਰਵ ਨਹੀਂ ਹੋਏ, ਯਾਨੀ ਗੁਰਮੁਖ ਨਹੀਂ ਬਣੇ। ਇਸ ਕਰਕੇ ਉਹਨਾਂ ਨੂੰ ਉਹ ਭੁੱਲ ਵੀ ਸਕਦੇ ਨੇ। ਭੁੱਲੀ ਫਿਰੇ ਧਨ ਆਨੀਆਂ, ਉਹ ਕਹਿੰਦੇ ਵੀ ਭੁੱਲ ਜਿਹੜੀ ਭੁੱਲ ਜਾਂਦੀ ਨਾ, ਉਹ ਦੁਬਧਾ ਚ ਗਈ ਨਾ, ਤੁਹਾਨੂੰ ਦੱਸਿਆ ਵੀ ਉਹਨਾਂ ਨੇ ਦੁਬਧਾ ਮਾਰੀ ਸੀ ਨਾ। ਇਹ ਚਾਰਟ ਇੱਥੇ ਮੇਰਾ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਾ ਅਤੇ ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਭੰਨੀ, ਹੋਮੇ ਭੰਨ ਕੇ ਉਹਨਾਂ ਨੂੰ ਨਵੇਂ ਨਵੇਂ ਸਿੱਖਾਂ ਨੂੰ ਨਾ ਸੁਰਤੀ ਆਈ ਸਨਮੁੱਖ ਬਣਾ ਕੇ ਉਹਨਾਂ ਨੂੰ ਸਤਿਗੁਰੂ ਅਮਰਦੇਵ ਜੀ ਦਾ ਫਤਾਇਆ। ਇਸ ਕਰਕੇ ਬਾਲੜੀਆਂ ਹੈਗੀਆਂ ਨੇ, ਜਿਹੜੇ ਦਾ ਸੁਰਤੀ ਵਾਲੇ ਜਿਹੜੇ ਦਾ ਪੈਸੇ ਮਗਰ ਚਲੇ ਗਏ ਅਤੇ ਥੱਲੇ ਗਏ ਮਨਮੁੱਖ ਬਣ ਗਏ ਅਤੇ ਕੁੜਿਆਰ, ਅਤੇ ਜਿਹਨਾਂ ਨੇ ਜਿਹੜੇ ਨਾਮ ਅੱਗੇ ਉਹ ਬਣ ਗਏ ਗੁਰਮੁਖ। ਉਹ ਪ੍ਰਚਾਰ ਕਰਦੇ ਨੇ, ਸੁਣਦੇ ਵੀ ਅਤੇ ਬੋਲਦੇ ਵੀ, ਉਹਨਾਂ ਨੂੰ ਭੁੱਖ ਹੈਗੀ ਨਾਮ ਦੀ, ਅਤੇ ਇਸ ਕਰਕੇ ਭੁੱਖਿਆਂ ਭੁੱਖ ਨਾ ਉਤਰੇ ਜੱਬਰ ਨਾ ਪੁਰੀਆ ਪਾਰ। ਇਹਨਾਂ ਦਾ ਹੈਗੀ ਨਾ ਬਿਰਤੀ, ਸੋਚਿਆ ਸੋਚਣਾ ਜੇ ਸੋਚੀ ਨਖਵਾਰ, ਹੋਮੇ ਬਿਰਤੀ ਬਾਰੇ ਮਨ ਬਿਰਤੀ ਬਾਰੇ ਹੈਗਾ, ਚੁੱਪਿਆ ਚੁੱਪਣਾ ਜੇ ਲੈ ਰਹਾ ਲਵਤਾਰ, ਭੁੱਖਿਆਂ ਭੁੱਖ ਨਾ ਉਤਰੇ ਜੱਬਰ ਨਾ ਪੁਰੀਆ ਪਾਰ। ਫਿਰ ਜੇ ਅਕਾਲ ਪੁਰਖ ਦੀ ਦਇਆ ਹੋਵੇ ਤਾਂ ਫਿਰ ਸਹਿ ਸਿਆਪਾ ਲੱਖ ਨੂੰ ਤਾਂ ਇੱਕ ਮਚੱਲੇ ਨਾਲ। ਇਸ ਦਾ ਗਾਹਕ ਬਹੁਤ ਘੱਟ ਹੈਗੇ ਨੇ ਲੋਕੀ, ਅਤੇ ਬਾਕੀ ਲੋਕੀ ਚਾਹੁੰਦੇ ਸਾਡੀਆਂ ਤਰੀਫਾਂ ਹੋਣ, ਤਰੀਫਾਂ ਨਹੀਂ ਭਾਲੀ ਦੀਆਂ ਇਹਦੇ 'ਚ, ਆਪਣੇ ਅਕਾਲ ਪੁਰਖ ਦੀ ਆਪਾਂ ਕਰਨੀ ਹੈਗੀ ਵਡਿਆਈ, ਅਤੇ ਆਪਣੀ ਨਹੀਂ ਵਡਿਆਈ ਕਰਨੀ। ਸੋ ਫਿਰ ਸੱਚਾ ਸਾਦੀ ਸੱਚਾ ਹੈ ਨਾ ਉਹ ਮਰੇ ਨਾ ਜਾਏ। ਅਕਾਲ ਪੁਰਖ ਹੈ ਨਾ ਤਾਂ ਤੂੰ ਮਰਦਾ ਵੀ ਨਾ ਜਾਂਦਾ ਹੈਗਾ, ਅਕਾਲ ਤੂੰ ਰਹਿਤ ਹੈਗਾ। ਬੂਲੀ ਫਿਰੇ ਧਨ ਅਨਿਆਣਿਆ, ਯਾਨੀ ਕਿ ਉਹ ਬੇਸਮਝ ਰੰਡ ਬੈਠੀ ਦੂਜੇ ਪਾਏ। ਇਹ ਬਹੁਤ ਸੋਹਣਾ ਹੈਗਾ, ਰੰਡ ਇਹਦੀ ਪ੍ਰੋਸਟੀਚਿਊਟ ਯਾਨੀ ਕਮਜਾਤ। ਇਹ ਜਿਹੜੇ ਨਾ ਆਪਣੇ ਇਹ ਅਕਾਲ ਪੁਰਖ ਨੂੰ ਹਰ ਇੱਕ ਨੇ ਆਪਣਾ ਆਪਣਾ ਹਿਸਾਬ ਕਿਤਾਬ ਦੇਣਾ ਖੁਦ, ਅਤੇ ਅਕਾਲ ਪੁਰਖ ਦੀ ਸੇਵਾ ਕਰਨੀ ਹੈਗੀ ਸ਼ਬਦ ਵਿਚਾਰ ਨਾਲ। ਜਦ ਸ਼ਬਦ ਵਿਚਾਰੋਗੇ ਤਦ ਉਹਦੇ ਨਾਲ ਮਿਲਾਵਾ ਹੋਊਗਾ। ਜੇ ਤੁਸੀਂ ਉਹ ਡੇਰੇ ਵਾਲਾ ਉਹਦੇ ਮਗਰ ਲੱਗ ਗਿਆ, ਜਾਂ ਰਾਧਾ ਸਵਾਮੀ ਜਿਹੜਾ ਇੱਕ ਕਹਿੰਦਾ ਕੰਨ 'ਚ ਫੂਕ ਮਾਰ ਦਿੰਦਾ ਨਾਮ ਦੀ, ਮਾਰ ਦਿੱਤੀ ਜੀ ਉਹਨੇ, ਮੈਂ ਸ਼ਰਾਬ ਪੀਣੋਂ ਹਟ ਗਿਆ, ਹੁਣ ਮਾਂ ਹੋ ਗਿਆ ਜੀ, ਅਤੇ ਉਹ ਤਾਂ ਹੈਗਾ ਉਹਦਾ ਚੰਗੀ ਗੱਲ ਹੈਗੀ, ਨਹੀਂ ਪੀਂਦਾ ਸ਼ਰਾਬ ਤਾਂ ਆਪਣੇ ਸਿਹਤ ਬਣਾਏਗਾ, ਪਰ ਇਹ ਕੰਨ 'ਚ ਨਹੀਂ ਨਾਮ ਮਿਲਦਾ, ਕੰਨ ਧੁਰ ਤੋਂ ਮਿਲਦਾ ਅਕਾਲ ਪੁਰਖ ਤੋਂ। ਰਾਧਾ ਸਵਾਮੀ ਕੌਣ ਹੈਗਾ, ਉਹ ਤਾਂ ਆਪ ਕੰਜਰ ਹੈਗਾ, ਅਤੇ ਉਹਦੇ ਜਿਹੜੀਆਂ ਪਿੱਛੇ ਲੱਗੇ ਨਾ ਲੋਕ ਉਹ ਹੈਗੀਆਂ ਰੰਡ ਕਮਜਾਤਾਂ, ਜਿੱਥੇ ਉਹ ਜਾਏਗਾ ਕੰਜਰ ਜਾਏਗਾ ਉੱਥੇ ਉਹਦੀਆਂ ਰੰਡ ਜਾਣਗੀਆਂ। ਜਿੱਦਾਂ ਪੋਪ ਹੈਗਾ, ਪੋਪ ਦੇ ਮਗਰ ਜਿਹੜੇ ਲੋਕ ਲੱਗੇ ਨੇ ਉਹ ਰੰਡ ਹੈਗੀਆਂ ਨੇ। ਅਤੇ ਇੱਕ ਵਾਰੀ ਆਇਆ ਸੀ ਪੋਪ ਇੱਥੇ ਬ੍ਰਿਟਨ 'ਚ, ਅਤੇ ਮੈਂ ਵੀ ਉਹਨਾਂ 'ਚ ਗਿਆ,
ਤੇ ਮੈਂ ਬਣਾਇਆ ਸੀਗਾ ਆਪਣਾ ਪਲਾ ਕਾਰਡ, ਉਹਦੇ 'ਚ ਲਿਖੇ ਵਰਜਨ ਵਰਜਨ ਗੋ ਫਾਰ ਗੋਡ, ਪ੍ਰੋਸਟੀਚਿਊਟਸ ਗੋ ਫਾਰ ਪੋਪ, ਅਤੇ ਉਹ ਕਿਸੇ ਨੂੰ ਨਹੀਂ ਸਮਝ ਆਇਆ। ਅਤੇ ਉਹ ਸਮਾਂ ਕਿ ਇੱਕ ਦੋ ਨੇ ਗੁੱਸਾ ਕੀਤਾ ਵੀ ਇਹ ਕੀ ਕੀਤਾ, ਮੈਂ ਕਿਹਾ ਚੰਗਾ ਇਹ ਨਹੀਂ ਕਰਦਾ, ਅਤੇ ਉਹਨਾਂ ਨੇ ਓਬਜੈਕਸ਼ਨ ਕੀਤਾ, ਮੈਂ ਹੁਣ ਜਰਾ ਹਟਾ ਹੋਰ ਤਰ੍ਹਾਂ ਲਿਖ ਦਿੱਤਾ। ਫਿਰ ਇਹ ਗੱਲ ਹੈ ਕਿਸੇ ਕਿਸੇ ਨੂੰ ਸਮਝ ਆਉਂਦੀ ਵੀ ਇਹ ਕਮਜਾਤਾਂ ਕੀ ਹੁੰਦੀਆਂ ਨੇ। ਬਾਕੀ ਇਹ ਜਿਹੜੇ ਪੀ ਡੀ ਕਮਲੀ ਵਾਲੇ ਦੇ ਫਲਾਨੇ ਸੰਤ ਦੇ ਮਗਰ ਲੱਗੇ ਫਲਾਨੇ ਦੇ, ਇਹ ਸੰਤਾਂ ਕੋਲ ਨਹੀਂ ਇਹ ਮਿਲਦਾ ਨਾਮ। ਸੰਤ ਜਿਹੜਾ ਹੁੰਦਾ ਪੈਸੇ ਨੂੰ ਨਹੀਂ ਹੱਥ ਲਾਉਂਦਾ, ਉਹ ਆਪ ਨਿਆਰਾ ਹੁੰਦਾ ਅਤੇ ਕਿਸੇ ਨੂੰ ਉਹ ਮਗਰ ਨਹੀਂ ਲਾਉਂਦਾ, ਕਿ ਉਹਦਾ ਹਿਸਾਬ ਕਿਤਾਬ ਉਹ ਨਹੀਂ ਦੇ ਸਕਦਾ। ਹਰ ਇੱਕ ਨੇ ਆਪਣਾ ਆਪਣਾ ਹਿਸਾਬ ਕਿਤਾਬ ਖੁਦ ਦੇਣਾ, ਅਤੇ ਉਹ ਨਹੀਂ ਕਰਦੇ ਕਦੀ ਵੀ। ਜਿਹੜਾ ਮਗਰ ਲਾਉਂਦਾ ਉਹ ਕੰਜਰ ਹੈਗਾ। ਰੰਡ ਬੈਠੀ ਦੂਜੇ ਪਾਏ, ਮਾਇਆ ਮੋਹ ਦੁੱਖ ਪਾਏ, ਆਪ ਘਟੇ ਤਨ ਸ਼ੀਜੇ। ਉਹ ਰੰਡ ਜਿਹੜੀ ਕਮਜਾਤ ਹੈਗੀ ਉਹ ਦੂਏ ਦੇ ਮਗਰ ਲੱਗੀ ਹੋਈ, ਜਿੱਦਾਂ ਉਹ ਡੇਰੇ ਵਾਲੇ ਦੇ ਨਾਲ ਲੱਗੇ ਹੋਏ ਨੇ ਲੋਕ ਉੱਥੇ ਬੈਠੇ ਨੇ, ਅਤੇ ਉਹਦੀਆਂ ਨਾ ਉਹ ਵਡਿਆਈ ਆਪਣੀ ਚਾਹੁੰਦੇ ਨੇ ਉਹਦੇ ਨਾਲ ਹੋਵੇ ਵੀ ਮਾਇਆ ਦੇ ਨਾਲ, ਅਤੇ ਉਹ ਦੂਜੇ ਦੇ ਪਾਏ ਲੱਗੇ ਹੋਏ ਨੇ। ਰੰਡ ਬੈਠੀ ਦੂਜੇ ਪਾਏ, ਮਾਇਆ ਮੋਹ ਦੁੱਖ ਪਾਏ। ਮਾਇਆ ਦਾ ਮੋਹ ਹੈਗਾ ਯਾਨੀ ਕਿ ਜਿਹੜਾ ਲਾਲਚੀ ਆਦਮੀ ਬਣ ਜਾਂਦਾ ਨਾ, ਉਹਦਾ ਫਿਰ ਦੁੱਖ ਪਾਉਂਦਾ ਹੈਗਾ। ਆਪ ਘਟੇ ਉਮਰ ਘਟਦੀ ਹੈਗੀ, ਤਨ ਛੀਜੇ ਤਨ ਜਿਹੜਾ ਹੈਗਾ ਫਿਰ ਉਹ ਕੰਨ ਬੋਲੇ ਹੋਵੇ ਅਤੇ ਆਹ ਹੋ ਗਿਆ, ਅਤੇ ਹੁਣ ਤੰਦਰੰਗ ਹੋ ਗਿਆ, ਆਹ ਹੋ ਗਿਆ, ਕੋਈ ਨਾ ਕੋਈ ਉਹਨੂੰ ਖਰਾਬੀ ਰਹਿੰਦੀ ਹੈਗੀ। ਜੋ ਕੁਛ ਆਇਆ ਸਭ ਕੁਛ ਜਸ ਸੀ, ਜੋ ਕੁਛ ਆਇਆ, ਆਹ ਜਿਹੜਾ ਬੜੀ ਮੁਸ਼ਕਲ ਨਾਲ ਹੁੰਦੀ ਦਲੱਭ ਗਈ, ਇਹ ਸਭ ਚੜੀ ਜਾਂਦੀ ਹੈਗੀ। ਜਿਹੜੀ ਅਕਲ ਮਾੜੀ ਮੋਟੀ ਹੁੰਦੀ ਜੇ ਤੁਸੀਂ ਪ੍ਰਚਾਰ ਨਾ ਕਰੋਗੇ, ਪੁੱਟ ਦੀ ਲਾਈਟ ਅੰਡਰ ਬੁਸ਼ਲ, ਜਿਹੜਾ ਦਿੱਤਾ ਉਹ ਵੀ ਫਿਰ ਚਲੇ ਜਾਂਦਾ ਹੈਗਾ। ਜੋ ਕੁਛ ਆਇਆ ਸਭ ਕੁਛ ਜਾਸੀ, ਦੁੱਖ ਲਾਗਾ ਭਾਏ ਦੂਜਾ, ਦੂਜੇ ਦੇ ਭਾਏ ਲੱਗ ਗਿਆ ਨਾ, ਉਹ ਸੁਰਤੀ ਦੇ ਹੈਗੀ, ਸੁਰਤੀ ਵਾਲੇ ਨੂੰ ਸਮਝ ਤਾਂ ਆਉਂਦੀ ਬਾਣੀ ਵੀ ਆਹ ਮਤਲਬ ਆਹ ਹੈਗਾ, ਪਰ ਉਹਦਾ ਹੈਗਾ ਜਿਹੜਾ ਮਨ ਹੈਗਾ ਉਹ ਤਾਂ ਲੱਗਾ ਪੈਸੇ ਮਗਰ। ਜੀਜ ਕਹਿੰਦਾ ਯੂ ਕਾਂਟ ਵਰਸ਼ਿਪ ਮਾਮਨ ਐਂਡ ਗੋਡ ਐਟ ਦੀ ਸੇਮ ਟਾਈਮ, ਯੂ ਵਿਲ ਲਵ ਵਨ ਹੇਟ ਦੀ ਅਦਰ। ਇਹ ਜਿਹੜੇ ਚਰਚਾਂ 'ਚ ਹੈਗੇ ਨਾ, ਡਾਕ ਕਾਲਰ ਪਾ ਕੇ ਇਹ ਪ੍ਰੀਸਟ ਬਣੇ ਹੋਏ ਨਾ, ਇਹ ਪੈਸੇ ਦੀ ਇਹ ਪੈਸੇ ਦਾ ਕੰਮ ਕਰਦੇ ਨੇ, ਇਹ ਉਪਕਾਰੀ ਨਹੀਂ ਹੈਗੇ, ਇਹ ਹੈਗੇ ਇਹਨਾਂ ਦਾ ਹੈਗਾ ਇਹ ਵਪਾਰ ਹੈਗਾ ਇਹ। ਜਦੋਂ 65 ਸਾਲ ਦੇ ਹੋ ਜਾਂਦੇ ਰਿਟਾਇਰ ਹੋ ਜਾਂਦੇ ਨੇ। ਇੱਕ ਵਾਰੀ ਮੈਂ ਇਹਨਾਂ ਦੇ ਗਿਆ ਨਾ ਆਕਸਫੋਰਡ ਸੀਗਾ ਇੱਕ ਪ੍ਰੋਗਰਾਮ, ਇਸ ਗੋਡ ਏ ਪ੍ਰੋਬਲਮ, ਉਹ ਸੀਗਾ ਇਹਨਾਂ ਦਾ ਓਪਨ ਡੇ ਕੁਛ ਹੈਗਾ ਬਿਗ ਕੁਸ਼ਚਨ, ਅਤੇ ਉਹ ਨਿਕ ਕਾਂਬਲ ਸੀਗਾ ਉਹਦਾ ਪ੍ਰੀਜੈਂਟਰ BBC ਦਾ, ਅਤੇ ਮੈਂ ਵੀ ਗਿਆ ਸੀ ਵਿੱਚ ਉਹਨਾਂ ਦੇ ਬੈਠਾ ਸੀ, ਅਤੇ ਇੱਕ ਉਹ ਸਾਡੇ ਵਿੱਚੋਂ ਜਿਹੜਾ ਸੀ ਨਾ ਮੇਨ ਸਪੀਕਰ ਜਿਹਨੇ ਜਵਾਬ ਸਵਾਲ ਕਰਨੇ ਸੀ ਉਹ ਸੀਗਾ ਇੱਕ ਰਿਟਾਇਰਡ ਵਿਕਰ, ਅਤੇ ਉਹ ਨਿਕ ਕੈਂਬਲ ਉਹਨੂੰ ਕਹਿੰਦਾ ਵਿਕਰ ਡੇਵਿਡ ਪਾਟਰਸਨ, ਉਹ ਕਹਿੰਦਾ ਆਈ ਐਮ ਨਾ ਵਿਕਰ, ਡੋਂਟ ਕਾਲ ਮੀ ਵਿਕਰ, ਆਈ ਐਮ ਰਿਟਾਇਰਡ, ਡੋਂਟ ਕਾਲ ਮੀ ਵਿਕਰ, ਆਈ ਐਮ ਨੋ ਮੋਰ ਵਿਕਰ। ਉਹਨੂੰ ਵਿਚਾਰੇ ਨੂੰ ਪ੍ਰੋਗਰਾਮ ਬੰਦ ਕਰਨਾ ਪਿਆ ਅਤੇ ਫਿਰ ਰੀਸਟਾਰਟ ਕਰਨਾ ਪਿਆ, ਅਤੇ ਮੈਂ ਹੱਸਾਂ ਵੀ ਇਹ ਸਾਰੀ ਉਮਰ ਤੱਕ ਇਹ ਪੈਸੇ ਦੀ ਖਾਤਰ ਕਰਦੇ ਰਹੇ ਕੰਮ, ਅਤੇ ਲੋਕਾਂ ਨੂੰ ਕਹਿੰਦਾ ਮੈਂ ਹੈਗਾ ਡੋਗ ਮੈਨ ਆਫ ਗੋਡ, ਡੋਗ ਕਾਲਰ ਪਾ ਕੇ। ਇਹ ਤਾਂ ਹੈਗੀ ਅੰਧੇਰੇ ਦੀ ਗੱਲ, ਅਤੇ ਜਿਹੜੇ ਬਾਕੀ ਬੈਠੇ ਸੀ ਉੱਥੇ ਹੋਰ ਕੋਈ ਵੀ ਨਹੀਂ, ਕਿਸੇ ਨੂੰ ਨਹੀਂ ਸੁਰਤ ਆਈ ਵੀ ਇਹ ਕੀ ਕਰਦਾ ਸੀਗਾ, ਲੋਕਾਂ ਨੂੰ ਗੁੰਮਰਾਹ ਕਰਦਾ ਸੀਗਾ। ਅਤੇ ਉਹਨੂੰ ਬਣਾਇਆ ਮੇਨ ਸਪੀਕਰ, ਇਹ ਗੋਡ ਦੇ ਬਾਰੇ ਦੱਸੂਗਾ, ਉਹਨੂੰ ਗਾਡ ਦਾ ਕੀ ਪਤਾ, ਉਹਨੂੰ ਤਾਂ ਪੈਸੇ ਦਾ ਪਤਾ ਸੀਗਾ। ਉਹ ਕਹਿੰਦਾ ਮੈਂ ਰਿਟਾਇਰਡ ਹੈਗਾ, ਹੁਣ ਨਹੀਂ ਮੈਂ ਵਿਕਰ ਬੁੱਕਰ। ਅਤੇ ਉਹ ਭਾਏ ਦੂਜੇ ਜਿਹੜੇ ਇੱਦਾਂ ਫਿਰ ਹੈਗੇ ਨੇ ਲੱਗ ਜਾਂਦੇ ਨੇ, ਉਹ ਫਿਰ
ਖੁਸ਼ ਜਾਂਦੀ ਹੈ ਇਹਨਾਂ ਦੀ ਜਿਹੜੀ ਆ ਜਿਹੜੀ ਦੇਹਗੀ ਇਹ ਬੜੀ ਮੁਸ਼ਕਲ ਮਿਲਦੀ ਹੈਗੀ। ਜੋ ਕੁਛ ਪਾਇਆ ਸੀ ਸਭ ਉਹ ਫਿਰ ਉਹ ਚਲੇ ਜਾਂਦਾ ਹੈਗਾ, ਅਤੇ ਦੁੱਖ ਲੱਗਾ ਭਾਈ ਦੂਜੇ ਦੂਏ ਦੂਏ ਭਾਵ ਦੁੱਖ ਲੱਗਦਾ। ਜਮਕਾਲ ਨਾ ਸੂਝੇ ਮਾਇਆ ਜਗ ਦੂਜੇ, ਉਹਨੂੰ ਜਮਕਾਲ ਯਾਨੀ ਕਿ ਉਹਨੂੰ ਮੌਤ ਨਹੀਂ ਸੂਝਦੀ ਆਦਮੀ ਜਿਹੜੇ ਇੱਦਾਂ ਪੈਸੇ ਦੇ ਮਗਰ ਲੱਗਾ ਹੋਇਆ। ਜਿੱਦਾਂ ਇੰਡੀਆ ਤੋਂ ਆਏ ਨਾ ਇੱਧਰ ਆਪਣੇ ਦੁਕਾਨਾਂ ਕਰਦੇ ਨਾ ਆਪਣੇ ਇੰਡੀਅਨ, ਸਵੇਰੇ 6 ਵਜੇ ਉੱਠ ਖੜੇ ਹੁੰਦੇ ਨੇ, ਫਿਰ ਰਾਤ ਨੂੰ 11 ਵਜੇ ਬੰਦ ਕਰਦੇ ਨੇ, 4-5 ਘੰਟੇ ਸੌਂਦੇ ਨੇ ਕੋਲ, ਅਤੇ ਉਹ ਦਿਨ ਰਾਤ ਉਹਨਾਂ ਦਾ ਜਿਹੜਾ ਹੈਗਾ ਮਾਇਆ 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 ਵਾਲੇਗੀ। ਅਤੇ ਇਹ ਹੈਗਾ ਜਮਕਾਲ ਨਾ ਸੂਝੇ, ਉਹਨਾਂ ਨੂੰ ਜਮਕਾਲ ਨਹੀਂ ਸੋਚਦਾ ਵੀ ਮਰ ਜਾਣਾ ਹੈ, ਵੀ ਇਹ ਦੁਲੱਭ ਹੈਗੀ, ਉਹ ਬਸ ਆਪਣੀ ਮਾਇਆ ਇਕੱਠੀ ਕਰਨ ਲੱਗੇ ਨੇ। ਉਦੋਂ ਹੀ ਪਤਾ ਲੱਗਦਾ ਜਦੋਂ ਪਟਾਕਾ ਬੋਲ ਜਾਂਦਾ ਕਿ ਉਹ ਉਹਦੇ 'ਚ ਬਲੱਡ ਪ੍ਰੈਸ਼ਰ ਹੋ ਜਾਂਦਾ, ਸਭ ਕੁਛ ਹੁੰਦਾ, ਡਾਕਟਰ ਦੇ ਵੀ ਨਹੀਂ ਜਾਣ ਦੀ ਫਿਰ ਉਹਨਾਂ ਨੂੰ ਟਾਈਮ, ਅਤੇ ਜਦੋਂ ਫਿਰ ਮਰ ਜਾਂਦੇ ਫਿਰ ਮੁੱਠੀ ਰੋਂਦੇ ਨੇ। ਜਮਕਾਲ ਨਾ ਸੂਝੇ ਮਾਇਆ ਜਗ ਲੂਝੇ, ਉਹਦੇ ਮਾਇਆ ਦੇ 'ਚ ਲੂਝਿਆ ਹੋਇਆ। ਲੱਭ ਲੋਭ ਚਿੱਤ ਲਾਏ, ਲੱਭ ਲੋਭ ਹੈਗਾ, ਲੱਭ ਲੋਭ ਅਤੇ ਲੱਭ ਹੈਗਾ ਆਪਣੇ ਬੱਚਿਆਂ ਬੁੱਚਿਆਂ 'ਚ ਤਾਂ ਹੋਰ ਨਾ ਇਹਦੇ 'ਚ, ਅਤੇ ਲੋਭ ਜਿਹੜਾ ਗਰੀਡ ਲਾਲਚ 'ਚ ਇਹਦੇ 'ਚ ਉਹ ਆਪਣਾ ਚਿੱਤ ਲਾਇਆ ਉਹਨੇ, ਅਕਾਲ ਪੁਰਖ ਵੱਲ ਨੇ ਚਿੱਤ ਲਾਇਆ ਜਿਹਨੇ ਸੁਰਤੀ ਦਿੱਤੀ ਹੈਗੀ। ਜੋ ਫਿਰ ਸਾਚਾ ਸਦਾ ਹੀ ਸਾਚਾ, ਨਾ ਉਹ ਮਰੇ ਨਾ ਜਾਏ। ਉਹ ਕਹਿੰਦੇ ਵੀ ਸਤਿਗੁਰੂ ਅਮਰਦੇਵ ਜੀ ਕਹਿੰਦੇ ਪੇ ਜਿਹੜਾ ਹੈਗਾ ਪਿਰ ਫਾਦਰ ਉਹ ਸੱਚਾ ਹੈਗਾ, ਉਹ ਸਦਾ ਹੀ ਸੱਚਾ ਹੈਗਾ, ਅਤੇ ਉਹ ਨਾ ਮਰਦਾ ਅਤੇ ਨਾ ਉਹ ਜਾਂਦਾ ਹੈਗਾ। ਇਹ ਹੈਗੀ ਇਹਦੀ ਵਿਆਖਿਆ, ਯਾਨੀ ਕਿ ਅਟਰਨਲ ਹੈਗਾ। ਅਤੇ ਅੱਗੇ ਤੁਹਾਡੀ ਮਰਜ਼ੀ।